ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਮੀਨੀਆ ਤੇ ਅੱਜ ਅਸੀਂ ਪਹੁੰਚ ਗਏ ਹਾਂ ਗੁੰਡੇ ਫਿਲਮ ਦੀ ਅਨਾਊਂਸਮੈਂਟ ਤੇ ਹੁਣ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਫਿਲਮ ਦੀ ਲੀਡ ਹੀਰੋਇਨ ਇਹਾਨਾ ਢਿੱਲੋਂ ਜੀ ਨਾਲ। ਵੈਲਕਮ ਟੂ ਪੰਜਾਬੀ ਮੀਨੀਆ ਮੈਮ। ਥੈਂਕ ਯੂ ਸੋ ਮਚ, ਥੈਂਕਸ ਫੋਰ ਕਮਿੰਗ। ਕਿਵੇਂ ਹੋ? ਬਹੁਤ ਵਧੀਆ, ਆਲਵੇਜ਼ ਮੈਂ ਪੰਜਾਬ ਦੇ ਵਿੱਚ ਹਾਂ, ਮੈਂ ਤਾਂ ਵਧੀਆ ਕੀ ਹੋ ਸਕਦਾ। ਬੰਬੇ ਤੋਂ ਆਏ ਹੋ, ਉੱਥੇ ਮੌਸਮ ਡਿਫਰੈਂਟ ਸੀ, ਇੱਥੇ ਗਰਮੀ? ਸੀਰੀਅਸਲੀ, ਜਦੋਂ ਐਕਚੁਲੀ ਜਿਸ ਦਿਨ ਮੈਂ ਆਈ ਸੀਗੀ ਪੰਜਾਬ ਦੇ ਵਿੱਚ, ਮੈਨੂੰ ਆਲਰੇਡੀ ਆਏ ਹੋਏ 10 ਦਿਨ ਹੋ ਗਏ ਆਈ ਥਿੰਕ, ਉਸ ਦਿਨ ਬਾਰਿਸ਼ ਪੈ ਰਹੀ ਸੀਗੀ, ਬਟ ਸਡਨਲੀ ਇੰਨੀ ਗਰਮੀ ਹੋ ਚੁੱਕੀ ਹੈ ਕਿ ਆਮ ਲਾਈਕ ਓ ਸ਼ਿਟ ਵਾਈ ਇੰਨੀ ਗਰਮੀ ਕਿਉਂ ਆ ਰਹੀ ਹੈ ਇੱਥੇ, ਬਟ ਇਟਸ ਓਕੇ, ਡਜ਼ਨਟ ਮੈਟਰ ਮੌਸਮ ਕਿੱਦਾਂ ਦਾ, ਇਟਸ ਆਲਵੇਜ਼ ਫਨ ਟੂ ਬੀ ਇਨ ਚੰਡੀਗੜ੍ਹ, ਸੋ ਆਮ ਇੰਜੋਇੰਗ। ਉਹ ਸਾਡੀ ਨਾ ਮੌਸਮ ਵਿਭਾਗ ਨਾਲ ਗੱਲ ਹੋਈ ਸੀ, ਉਹ ਕਹਿੰਦੇ ਇਹਾਨਾ ਆ ਰਹੀ ਹੈ, ਉਹ ਸਾਨੂੰ ਪਹਿਲੀ ਵੈਦਰ ਫੋਰਕਾਸਟ ਦੱਸਤਾ ਸੀ ਉਹਨਾਂ ਨੇ, ਕੱਲ੍ਹ ਬਹੁਤ ਗਰਮੀ ਰਹਿਣੀ ਹੈ, ਇਹਾਨਾ ਆਉਣ ਵਾਲੀ ਹੈ। ਤਾਂ ਹੀ ਇੰਨਾ ਹੌਟ ਵੈਦਰ ਹੋ ਗਿਆ ਇੱਥੇ, ਬਿਕੋਜ਼ ਆਈ ਐਮ ਹੇਅਰ। ਤੁਸੀਂ ਆ ਗਏ ਹੋ ਨਾ, ਹੌਟਨੈਸ ਵੱਧ ਗਈ, ਹੌਟਨੈਸ ਵੱਧ ਗਈ ਉਹਦੇ ਕਰਕੇ। ਪਹਿਲੀ ਗੱਲ ਤਾਂ ਇਹਾਨਾ ਜੀ ਹੇਟ ਸਟੋਰੀ ਲਈ ਬਹੁਤ ਬਹੁਤ ਤੁਹਾਨੂੰ ਵਧਾਈਆਂ, ਬਹੁਤ ਵਧੀਆ, ਤੁਹਾਡਾ ਰੋਲ ਬੜਾ ਐਪਰੀਸ਼ੀਏਟ ਕੀਤਾ ਗਿਆ, ਬੜੇ ਹੌਟ ਲੱਗ ਰਹੇ ਹੋ ਤੁਸੀਂ ਪਿਕਚਰ 'ਚ। ਐਪਰੀਸ਼ੀਏਟ ਕੀਤਾ ਗਿਆ, ਬੜੇ ਹੌਟ ਲੱਗ ਰਹੇ ਹੋ ਇਸ ਕਰਕੇ। ਥੈਂਕ ਯੂ ਸੋ ਮਚ, ਐਂਡ ਫਸਟ ਆਫ ਆਲ ਥੈਂਕ ਯੂ ਸੋ ਮਚ ਐਵਰੀ ਵਨ, ਕਿ ਐਕਚੁਲੀ ਸਾਰਿਆਂ ਨੇ ਬਹੁਤ ਐਪਰੀਸ਼ੀਏਟ ਕੀਤਾ ਮੇਰਾ ਰੋਲ, ਐਂਡ ਆਈ ਥਿੰਕ ਆਈ ਫੀਲ ਵੈਰੀ ਲੱਕੀ ਐਂਡ ਬਲੈਸ ਕਿ ਮੈਨੂੰ ਲੋਕਾਂ ਨੇ ਐਕਸੈਪਟ ਕੀਤਾ ਐਂਡ ਪੀਪਲ ਲਵਡ ਇਟ, ਸੋ ਆਈ ਐਮ ਥੈਂਕ ਯੂ ਸੋ ਮਚ। ਅਤੇ ਹਿਆਨਾ ਜੀ, ਇੱਕ ਕੁਐਸਚਨ ਹੈ, ਜਿਵੇਂ ਤੁਸੀਂ ਹੁਣ ਹੇਟ ਸਟੋਰੀ ਸੀ, ਤੁਹਾਡਾ ਬੜਾ ਬੋਲਡ ਰੋਲ ਸੀ ਇੱਕ, ਅਤੇ ਪੰਜਾਬੀ ਮੂਵੀਜ਼ ਵਿੱਚ ਵਾਪਸ ਆ ਕੇ ਇੱਕ ਪੰਜਾਬੀ ਕੁੜੀ ਦਾ ਰੋਲ ਕਰਨਾ ਹੁੰਦਾ, ਤੁਹਾਨੂੰ ਕੋਈ ਪ੍ਰੈਸ਼ਰ ਨਹੀਂ ਫੀਲ ਹੁੰਦਾ ਬਿਲਕੁਲ ਇੱਕ ਬੋਲਡ ਰੋਲ ਅਤੇ ਫਿਰ ਇੱਦਾਂ, ਮਤਲਬ ਕਿੰਨਾ ਡਿਫੀਕਲਟ ਫੀਲ ਹੁੰਦਾ ਕਿ ਉਹ ਰੋਲ 'ਤੇ ਇੱਦਾਂ? ਡਿਫੀਕਲਟੀ ਆ ਇੱਥੇ ਆ ਕੇ ਹੁਣ ਪੰਜਾਬੀ ਕੁੜੀ ਦਾ ਰੋਲ ਪਲੇ ਕਰ ਰਹੀ ਹਾਂ, ਬਿਕੋਜ਼ ਦੈਟਸ ਮੀ, ਦੈਟਸ ਨੈਚੁਰਲੀ ਮੀ ਐਕਚੁਲੀ, ਸੋ ਆਈ ਡੋਂਟ ਸੀ ਐਨੀ ਡਿਫਰੈਂਸ, ਇਟ ਸ਼ੁੱਡ ਬੀ ਓਪੋਜ਼ਿਟ, ਕਿ ਹੇ ਸਟੋਰੀ ਦੇ ਵਿੱਚ ਜਿਹੜਾ ਮੈਂ ਬੋਲਡ ਕੈਰੈਕਟਰ ਕੀਤਾ ਉਹਦੇ ਵਿੱਚ ਡਿਫੀਕਲਟੀ ਆਉਣੀਆਂ ਚਾਹੀਦੀਆਂ ਸੀਗੀਆਂ, ਬਟ ਯੈਸ ਆਈ ਵਾਜ਼ ਐਕਚੁਲੀ ਲਿਟਲ ਨਰਵਸ ਐਂਡ ਲਿਟਲ ਕਨਫਿਊਜ਼, ਕਿ ਜਦੋਂ ਮੈਂ ਹੇ ਸਟੋਰੀ ਸਾਈਨ ਕੀਤੀ ਸੀ, ਆਈ ਐਕਚੁਲੀ ਸੈਡ ਨੋ ਟੂ ਦੈਮ, ਜਦੋਂ ਮੈਨੂੰ ਪਹਿਲੀ ਵਾਰੀ ਆਫਰ ਆਇਆ ਸੀਗਾ, ਐਕਚੁਲੀ ਸੈਡ ਨੋ ਟੂ ਦੈਮ, ਬਟ ਆਈ ਥਿੰਕ ਹੋਲ ਕ੍ਰੈਡਿਟ ਗੋਜ਼ ਟੂ ਦਾ ਡਾਇਰੈਕਟਰ ਵਿਸ਼ਾਲ ਪਾਂਡਿਆ, ਸੋ ਹੀ ਵਾਜ਼ ਵੈਰੀ ਸਪੋਰਟਿਵ, ਐਂਡ ਆਈ ਥਿੰਕ ਐਜ਼ ਐਨ ਐਕਟਰ ਡਜ਼ਨਟ ਮੈਟਰ ਤੁਸੀਂ ਕੀ ਕਰ ਰਹੇ ਹੋ, ਬਿਕੋਜ਼ ਦੈਟ ਟਾਈਮ ਯੂ ਇਨ ਟੂ ਦਾ ਕੈਰੈਕਟਰ, ਦੈਟ ਟਾਈਮ ਆਈ ਵਾਜ਼ ਰੇਸ਼ਮਾ, ਆਈ ਵਾਜ਼ ਇਨ ਇਹਾਨਾ ਦੈਟ ਟਾਈਮ, ਸੋ ਇੰਨੀ ਡਿਫੀਕਲਟੀਜ਼ ਨਹੀਂ ਆਉਣੀਆਂ ਚਾਹੀਦੀਆਂ ਤੁਹਾਨੂੰ, ਬਿਕੋਜ਼ ਤੁਹਾਨੂੰ ਡਿਫਰੈਂਟ ਡਿਫਰੈਂਟ ਰੋਲਸ ਪਲੇ ਕਰਨ ਨੂੰ ਮਿਲਦੇ ਆ ਲਾਈਫ ਦੇ ਵਿੱਚ, ਐਂਡ ਇਟ ਜਸ ਆਲ ਡਿਪੈਂਡਸ ਕਿ ਤੁਸੀਂ ਆਪਣੇ ਕੈਰੈਕਟਰ ਨੂੰ ਕਿੰਨਾ ਸੀਰੀਅਸ ਲੈਂਦੇ ਹੋ, ਆਈ ਹੈਵ ਦੈਟ ਥਿੰਗ ਦੈਟ ਆਈ ਜਸਟ ਗੈਟ ਇਨ ਟੂ ਦਾ ਕੈਰੈਕਟਰ ਫੁੱਲੀ, ਆਈ ਗੈਟ ਇਨ ਟੂ ਦਾ ਕੈਰੈਕਟਰ, ਐਂਡ ਆਈ ਐਮ ਵੈਰੀ ਪੈਸ਼ਨੇਟ ਅਬਾਊਟ ਮਾਈ ਵਰਕ, ਸੋ ਆਈ ਕੈਨ ਪਲੇ ਆਈ ਥਿੰਕ ਐਨੀ ਕੈਰੈਕਟਰ, ਆਈ ਵੋਂਟ ਸੇ ਕਿ ਆਈ ਐਮ ਏ ਵੈਰੀ ਵੈਰੀ ਗੁੱਡ ਐਕਟਰ, ਆਈ ਵੋਂਟ ਸੇ ਦੈਟ, ਬਟ ਆਈ ਥਿੰਕ ਮੈਨੂੰ ਕੋਈ ਵੀ ਰੋਲ ਪਲੇ ਕਰਨ ਦੇ ਵਿੱਚ ਇੰਨੀ ਡਿਫੀਕਲਟੀਜ਼ ਨਹੀਂ ਆਉਂਦੀਆਂ, ਸੋ ਆਈ ਇੰਜੋਏ ਮਾਈ ਕੈਰੈਕਟਰ, ਡਜ਼ਨਟ ਮੈਟਰ ਮੈਂ ਪੰਜਾਬੀ ਦੇ ਵਿੱਚ ਇੱਕ ਸਿੰਪਲ ਕੁੜੀ ਦਾ ਕੈਰੈਕਟਰ ਕਰ ਰਹੀ ਹਾਂ ਜਾਂ ਬਾਲੀਵੁੱਡ ਦੇ ਵਿੱਚ ਇੱਕ ਬੋਲਡ ਕੁੜੀ ਦਾ ਕੈਰੈਕਟਰ ਕਰ ਰਹੀ ਹਾਂ, ਆਈ ਇੰਜੋਏ ਪਲੇਇੰਗ ਮਾਈ ਕੈਰੈਕਟਰਸ। ਅਤੇ ਹਿਆਨਾ ਜੀ, ਜਿਵੇਂ ਸਾਡੀ ਪੰਜਾਬੀ ਆਡੀਅੰਸ ਹੈ, ਤੁਸੀਂ ਪੰਜਾਬ 'ਚ ਬਹੁਤ ਮੂਵੀਜ਼ ਕੀਤੀਆਂ, ਤੁਹਾਨੂੰ ਬਹੁਤ ਪਸੰਦ ਕੀਤਾ ਕਿ ਫਿਰ ਤੁਸੀਂ ਬਾਲੀਵੁੱਡ ਗਏ ਇੱਕ ਬੜਾ ਬੋਲਡ ਰੋਲ ਕਰਨ, ਤੁਹਾਨੂੰ ਡਰ ਨਹੀਂ ਸੀ ਕਿ ਮੈਂ ਇੰਨਾ ਬੋਲਡ ਰੋਲ ਕਰ ਰਹੀ ਹਾਂ ਵਾਪਸ ਮੇਰੀ ਪੰਜਾਬੀ ਆਡੀਅੰਸ ਜਿਵੇਂ ਬਹੁਤ ਉਹ ਡਿਫਰੈਂਟ ਰਿਐਕਸ਼ਨ ਦਊਗੀ, ਤੁਹਾਨੂੰ ਉਸ ਰਿਐਕਸ਼ਨ ਦਾ ਡਰ ਨਹੀਂ ਸੀ? ਐਜ਼ ਆਈ ਜਸਟ ਸੈਟ ਦਾ ਸੇਮ ਥਿੰਗ, ਕਿ ਜਦੋਂ ਮੈਨੂੰ ਹੇਅਰ ਸਟੋਰੀ ਦਾ ਆਫਰ ਆਇਆ ਸੀਗਾ, ਸੋ ਫਸਟ ਆਈ ਸੈਡ ਨੋ ਟੂ ਦੈਮ, ਬਿਕੋਜ਼ ਆਈ ਵਾਜ਼ ਸਕੇਅਰਡ ਫੋਰ ਦ ਸੇਮ ਐਜ਼ ਸੇਮ ਰੀਜ਼ਨ ਵਿਚ ਯੂ ਜਸਟ ਸੈਡ, ਕਿ ਓਕੇ ਫਾਈਨ ਆਈ ਵਿਲ ਡੂ ਹੇਅਰ ਸਟੋਰੀ, ਇਟਸ ਅ ਵੈਰੀ ਬੋਲਡ ਕੈਰੈਕਟਰ, ਇਟਸ ਵੈਰੀ ਡਿਫਰੈਂਟ ਕੈਰੈਕਟਰ ਫਰੋਮ ਪੰਜਾਬੀ ਕੁੜੀ, ਐਂਡ ਆਈ ਡੋਂਟ ਨੋ ਮੈਨੂੰ ਆਡੀਅੰਸ ਐਕਸੈਪਟ ਕਰੇਗੀ ਕਿ ਮੈਨੂੰ ਨਹੀਂ ਕਰੇਗੀ, ਬਟ ਆਈ ਥਿੰਕ ਹੋਲ ਕ੍ਰੈਡਿਟ ਗੋਜ਼ ਟੂ ਮਾਈ ਡੈਡ, ਸੋ ਜਦੋਂ ਮੈਂ ਉਹਨਾਂ ਦੇ ਨਾਲ ਡਿਸਕਸ ਕੀਤਾ, ਹੀ ਟੋਲਡ ਮੀ ਦਾ ਸੇਮ ਥਿੰਗ, ਸੋ ਯੂ ਆਰ ਐਨ ਐਕਟਰ, ਸੋ ਡਜ਼ਨਟ ਮੈਟਰ ਵਟ ਪੀਪਲ ਆਰ ਥਿੰਕਿੰਗ, ਵਟ ਆਡੀਅੰਸ ਇਜ਼ ਥਿੰਕਿੰਗ, ਵਟ ਆਲ ਦਾ ਅਦਰ ਪੀਪਲ ਆਰ ਥਿੰਕਿੰਗ, ਵਟ ਯੂ ਫੀਲ, ਯੂ ਸ਼ੁੱਡ ਡੂ ਵਟ ਯੂ ਫੀਲ, ਐਂਡ ਯੂ ਸ਼ੁੱਡ ਆਲਵੇਜ਼ ਡੂ 100% ਟੂ ਯੋਰ ਕੈਰੈਕਟਰ, ਤੁਸੀਂ ਆਪਣਾ ਅੱਛਾ ਕਰੋ, ਬਾਕੀ ਲੋਕਾਂ 'ਤੇ ਛੱਡ ਦਿਓ, ਇਟ ਆਲ ਡਿਪੈਂਡਸ ਔਨ ਦੈਮ, ਕਦੀ ਪੀਪਲ ਐਪਰੀਸ਼ੀਏਟ, ਸਮਟਾਈਮਸ ਦੇ ਡੋਂਟ ਐਪਰੀਸ਼ੀਏਟ, ਸਮਟਾਈਮਸ ਦੇ ਡੂ ਐਪਰੀਸ਼ੀਏਟ, ਤੁਸੀਂ ਆਪਣਾ ਰੋਲ 100% ਕਰਕੇ ਤੁਸੀਂ ਆਪਣਾ ਨਿਕਲ ਜਾਓ, ਸੋ ਸੇਮ ਥਿੰਗ ਆਈ ਡਿਡ ਇਨ ਹੇਅਰ ਸਟੋਰੀ, ਐਂਡ ਆਈ ਡਿਡ ਮਾਈ 100%, ਬਿਕੋਜ਼ ਇਟ ਵਾਜ਼ ਮਾਈ ਹਾਰਡ ਵਰਕ, ਆਈ ਥਿੰਕ ਇਟ ਵਾਜ਼ ਮਾਈ ਪੈਸ਼ਨ, ਆਈ ਥਿੰਕ ਇਟ ਵਾਜ਼ ਮਾਈ ਜਸਟਿਕ ਟੂਵਰਡਸ ਆ ਕੈਰੈਕਟਰ, ਕਿ ਲੋਕਾਂ ਨੇ ਬਹੁਤ ਪਸੰਦ ਕੀਤਾ, ਐਂਡ ਪੰਜਾਬੀ ਆਡੀਅੰਸ ਨੇ ਵੀ ਬਹੁਤ ਮੈਨੂੰ ਇਹਨਾਂ ਨੇ ਐਕਸੈਪਟ ਕੀਤਾ, ਐਂਡ ਦੇ ਐਪਰੀਸ਼ੀਏਟਡ ਮੀ, ਜਦੋਂ ਮੈਂ ਪ੍ਰਮੋਸ਼ਨਸ 'ਤੇ ਵੀ ਆਈ ਸੀਗੀ ਹੇਅਰ ਸਟੋਰੀ ਦੀ ਪ੍ਰਮੋਸ਼ਨਸ 'ਤੇ, ਆਈ ਵਾਜ਼ ਰੀਅਲੀ ਰੀਅਲੀ ਲਾਈਕ ਸ਼ੌਕ ਟੂ ਗੈਟ ਦ ਸੋ ਮਚ ਵਾਰਮਥ ਫਰੋਮ ਦ ਪੀਪਲ, ਦੇ ਵਲ ਸੋ ਹੈਪੀ ਦੈਟ ਆਈ ਐਮ ਇਨ ਬਾਲੀਵੁੱਡ, ਆਈ ਐਮ ਇਨ ਹੇਅਰ ਸਟੋਰੀ, ਇੱਦਾਂ ਹੁੰਦਾ ਨਾ ਜਿਵੇਂ ਇੱਥੋਂ ਦੇ ਲੋਕਾਂ ਨੂੰ ਇੱਦਾਂ ਨਹੀਂ ਹੁੰਦਾ ਜਿਵੇਂ ਘਰ ਦਾ ਬੱਚਾ ਕੋਈ ਬਹੁਤ ਵੱਡਾ ਕੰਮ ਕਰ ਰਿਹਾ, ਸੋ ਮੈਨੂੰ ਉਹ ਵਾਲੀ ਫੀਲ ਆ ਰਹੀ ਸੀਗੀ ਇੱਥੇ ਆ ਕੇ, ਦੈਟਸ ਹਾਓ ਪੀਪਲ ਗੇਵ ਮੀ ਦਾ ਲਵ, ਸੋ ਆਈ ਵਾਜ਼ ਲਾਈਕ ਵਾਓ, ਲਾਈਕ ਦਿਸ ਇਜ਼ ਅਮੇਜ਼ਿੰਗ, ਸੋ ਆਈ ਥਿੰਕ ਆਈ ਐਮ ਬਲੈਸਡ ਦੈਟ ਪੀਪਲ ਰੀਅਲੀ ਰੀਅਲੀ ਲਵਡ ਇਟ।
ਬਿਲਕੁਲ, ਪੰਜਾਬੀ ਆਡੀਅੰਸ ਹਮੇਸ਼ਾ ਤੁਹਾਨੂੰ ਉਨਾ ਹੀ ਪਿਆਰ ਦਊਗੀ ਕਿਉਂਕਿ ਤੁਹਾਡਾ ਰੋਲ ਹੀ ਇਹੋ ਜਿਹਾ ਰਿਹਾ ਪੁਰਾਣੀ ਮੂਵੀਜ਼ 'ਚ ਵੀ। ਅਤੇ ਜਿਹੜੀ ਉਹਨੇ ਪਿਕਚਰ ਆਉਣ ਵਾਲੀ ਹੈ ਗੁੰਡੇ ਵਾਲੇ, ਇਹਦੇ ਬਾਰੇ ਸਾਨੂੰ ਦੱਸੋ। ਇਹਦੇ ਬਾਰੇ ਕੁਛ ਨਹੀਂ, ਗੁੰਡਾ ਆ ਰਹੀ ਹੈ ਮੈਂ ਟੂਡੇ ਅਸੀਂ ਗੁੰਡਾ ਦੇ ਪੋਸਟਰ ਲਾਂਚ 'ਤੇ ਆਏ ਹੋਏ ਹਾਂ, ਅੱਜ ਅਸੀਂ ਸਿਰਫ ਪੋਸਟਰ ਰਿਵੀਲ ਕੀਤਾ ਗੁੰਡਾ ਦਾ, ਹਾਲੇ ਉਹਦੇ ਬਾਰੇ ਕੁਛ ਵੀ ਰਿਵੀਲ ਨਹੀਂ ਕੀਤਾ। ਆਲ ਆਈ ਵਾਂਟ ਟੂ ਸੇ ਕਿ ਆਈ ਡੋਂਟ ਵਾਂਟ ਰਿਵੀਲ ਟੂ ਮੱਚ ਅਬਾਊਟ ਦਾ ਸਟੋਰੀ ਬਿਕੋਜ਼ ਹਾਲੇ ਅਸੀਂ ਕੁਛ ਵੀ ਰਿਵੀਲ ਨਹੀਂ ਕੀਤਾ। ਆਲ ਆਈ ਵਾਂਟ ਟੂ ਸੇ ਕਿ ਗੁੰਡਾ ਦੇ ਨਾਮ 'ਤੇ ਨਾ ਜਾਇਓ, ਜਸਟ ਸੀ ਦਾ ਮੈਸੇਜ ਬਿਹਾਈਂਡ ਇਟ। ਐਂਡ ਜਦੋਂ ਮੈਨੂੰ ਗੁੰਡਾ ਔਫਰ ਹੋਈ ਸੀਗੀ, ਮੇਰੇ ਦਿਮਾਗ 'ਚ ਵੀ ਗੁੰਡਾ ਮੀਨਸ ਗੁੰਡਾ ਹੀ ਆਇਆ ਸੀਗਾ, ਬਿਕੋਜ਼ ਸਾਰਿਆਂ ਦੇ ਦਿਮਾਗ 'ਚ ਇਹੀ ਆਉਂਦਾ, ਇਟਸ ਅ ਵੈਰੀ ਸਟਰੋਂਗ ਵਰਡ ਗੁੰਡਾ, ਇੱਕ ਇਮੇਜ ਬਣ ਜਾਂਦੀ ਹੈ ਲੋਕਾਂ ਦੇ ਦਿਮਾਗ ਦੇ ਵਿੱਚ ਜਦੋਂ ਕੋਈ ਕਹਿੰਦਾ ਗੁੰਡਾ, ਇੱਕ ਇਮੇਜ ਬਣ ਜਾਂਦੀ ਹੈ। ਬਟ ਇਹਦੇ ਵਿੱਚ ਇਟਸ ਅ ਲਾਈਫ ਜਰਨੀ ਆਫ ਦਾ ਪਰਸਨ ਕਿ ਜੇ ਉਹ ਗੁੰਡਾ ਬਣਿਆ ਵੀ ਹੈ ਤਾਂ ਕਿਉਂ ਬਣਿਆ, ਉਹਦੇ ਪਿੱਛੇ ਰੀਜ਼ਨਸ ਕੀ ਸੀਗੇ। ਬਿਕੋਜ਼ ਆਪਾਂ ਜਦੋਂ ਵੀ ਕੋਈ ਬੁਰਾ ਕੰਮ ਕਰਦੇ ਹਾਂ ਜਾਂ ਚੰਗਾ ਕੰਮ ਕਰਦੇ ਹਾਂ ਜਾਂ ਕੋਈ ਵੀ ਆਪਣਾ ਬਿਹੇਵੀਅਰ ਹੁੰਦਾ, ਉਹਦੇ ਪਿੱਛੇ ਦੇ ਇਜ਼ ਆਲਵੇਜ਼ ਵਨ ਰੀਜ਼ਨ। ਆਪਾਂ ਉਹ ਰੀਜ਼ਨ ਦੇਖਣ ਦੀ ਕੋਸ਼ਿਸ਼ ਨਹੀਂ ਕਰਦੇ, ਆਪਾਂ ਸਿਰਫ ਇਹ ਦੇਖਦੇ ਹਾਂ ਕਿ ਅੱਛਾ ਉਹਨੇ ਇੱਦਾਂ ਬਿਹੇਵ ਕੀਤਾ। ਆਪਾਂ ਇਹ ਨਹੀਂ ਕੋਸ਼ਿਸ਼ ਕਰਦੇ ਕਿ ਉਹਨੇ ਇੱਦਾਂ ਬਿਹੇਵ ਕੀਤਾ ਤਾਂ ਉਹਨੇ ਕਿਉਂ ਬਿਹੇਵ ਕੀਤਾ, ਉਹਦੇ ਪਿੱਛੇ ਰੀਜ਼ਨ ਕੀ ਹੋ ਸਕਦਾ। ਸੋ ਦੈਟਸ ਦਾ ਹੋਲ ਸਟੋਰੀ ਆਫ ਗੁੰਡਾ, ਐਂਡ ਆਈ ਥਿੰਕ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਏਗੀ। ਐਂਡ ਇਟਸ ਕੰਪਲੀਟਲੀ ਡਿਫਰੈਂਟ, ਇਟਸ ਨੋਟ ਓਨਲੀ ਐਕਸ਼ਨ ਮੂਵੀ, ਇਟਸ ਇਮੋਸ਼ਨਲ ਡਰਾਮਾ ਐਂਡ ਦੇ ਇਟਸ ਅ ਰੋਮੈਂਟਿਕ ਮੂਵੀ। ਸੋ ਇਟਸ ਵੈਰੀ ਕੰਪਲੀਟਲੀ ਡਿਫਰੈਂਟ ਫਰੋਮ ਦਾ ਅਦਰ ਮੂਵੀ ਜੋ ਮੈਂ ਹਾਲੇ ਤੱਕ ਪੰਜਾਬੀ ਮੂਵੀਜ਼ ਕੀਤੀਆਂ। ਸੋ ਆਈ ਥਿੰਕ ਆਈ ਐਮ ਰੀਅਲੀ ਗੋਨਾ ਇੰਜੋਏ ਵਰਕਿੰਗ ਵਿਦ ਗੁੰਡਾ। ਅਤੇ ਇਹਾਨਾ ਜੀ, ਇਸ ਮੂਵੀ 'ਚ ਫਿਰ ਤੋਂ ਇੱਕ ਵਾਰ ਸਿੱਪੀ ਜੀ ਨਾਲ ਕੰਮ ਕਰਨ ਵਾਲੇ ਹੋ, ਕਿਹੋ ਜਿਹੀ ਫੀਲਿੰਗ? ਆਈ ਥਿੰਕ ਇਟਸ ਅਮੇਜ਼ਿੰਗ ਫੀਲਿੰਗ। ਮੈਂ ਹੁਣੇ ਜਦੋਂ ਮੈਂ ਗੁੰਡਾ ਸਾਈਨ ਕੀਤੀ ਸੀਗੀ, ਏ ਟਾਈਟਲ ਗੁੰਡਾ, ਬੀ ਸਿੱਪੀ ਗਿੱਲ, ਸੋ ਮੇਰੇ ਦਿਮਾਗ ਦੇ ਵਿੱਚ ਵੀ ਉਹ ਯਾਦ ਸੀਗਾ ਕਿ ਓਕੇ ਇਟਸ ਕਨਾ ਬੀ ਲਾਈਕ ਟਾਈਗਰ, ਲਾਈਕ ਕੰਪਲੀਟਲੀ ਐਕਸ਼ਨ ਮੂਵੀ। ਬਟ ਨਹੀਂ, ਇਟਸ ਨੋਟ ਐਕਸ਼ਨ ਮੂਵੀ। ਐਂਡ ਕਮਿੰਗ ਬੈਕ ਟੂ ਸਿੱਪੀ, ਹੀ ਇਜ਼ ਅਮੇਜ਼ਿੰਗ, ਆਈ ਥਿੰਕ ਹੀ ਇਜ਼ ਵੈਰੀ ਹਾਰਡ ਵਰਕਿੰਗ। ਉਹਨਾਂ ਨੇ ਟਾਈਗਰ ਦੇ ਵਿੱਚ ਜੋ ਹਾਰਡ ਵਰਕ ਕੀਤਾ ਉਹ ਓਨਲੀ ਸਾਨੂੰ ਪਤਾ ਹੈ, ਆਡੀਅੰਸ ਉਹ ਚੀਜ਼ ਨਹੀਂ ਦੇਖਦੀ ਕਿ ਬਿਹਾਈਂਡ ਦਾ ਸੀਨ ਕੀ ਹੁੰਦਾ, ਉਹ ਚੀਜ਼ ਆਡੀਅੰਸ ਨੂੰ ਦੇਖਣ ਨੂੰ ਨਹੀਂ ਮਿਲਦਾ। ਬਟ ਮੈਂ ਦੇਖਿਆ ਕਿ ਉਹਨਾਂ ਨੇ ਕਿੰਨਾ ਹਾਰਡ ਵਰਕ ਕੀਤਾ ਸੀਗਾ, ਐਂਡ ਹੀ ਇਜ਼ ਆਲਸੋ ਵੈਰੀ ਪੈਸ਼ਨੇਟ, ਉਹ ਵੀ ਕੈਰੈਕਟਰ ਦੇ ਵਿੱਚ ਇੱਕਦਮ ਘੁਸ ਜਾਂਦੇ ਨੇ, ਐਂਡ ਹੀ ਇਜ਼ ਵੈਰੀ ਹਾਰਡ ਵਰਕਿੰਗ ਪਰਸਨ, ਸੋ ਐਂਡ ਵੈਰੀ ਟੈਲੈਂਟਡ ਪਰਸਨ। ਸੋ ਆਈ ਥਿੰਕ ਦੁਬਾਰਾ ਮੈਨੂੰ ਸਕਰੀਨ ਸ਼ੇਅਰ ਕਰਨ ਦਾ ਮੌਕਾ ਮਿਲ ਰਿਹਾ ਸਿੱਪੀ ਦੇ ਨਾਲ, ਸੋ ਆਈ ਥਿੰਕ ਇਟਸ ਗੋਨਾ ਬੀ ਅਮੇਜ਼ਿੰਗ ਫਨ ਔਰ ਐਕਸਪੀਰੀਅੰਸ ਵਰਕਿੰਗ ਵਿਦ ਸਿੱਪੀ ਅਗੇਨ। ਅਤੇ ਜਦੋਂ ਇਹ ਔਫਰ ਆਇਆ ਸੀ ਕਿ ਸਿੱਪੀ ਜੀ ਨਾਲ ਕੰਮ ਕਰਨਾ, ਪਹਿਲਾਂ ਉਹਨਾਂ ਤੁਹਾਨੂੰ ਮੈਸੇਜ ਕੀਤਾ ਕਿ ਤੁਸੀਂ ਉਹਨਾਂ ਨੂੰ ਮੈਸੇਜ ਕੀਤਾ ਕਿ ਵਾਓ ਫਿਰ ਤੋਂ ਆ ਰਹੇ ਹਾਂ ਇਕੱਠੇ ਆਪਾਂ? ਫਰੈਂਕਲੀ ਟੈਲਿੰਗ ਯੂ, ਸਾਡੀ ਹਾਲੇ ਤੱਕ ਗੱਲ ਵੀ ਨਹੀਂ ਹੋਈ ਹੈ, ਬਿਕੋਜ਼ ਆਈ ਵਾਜ਼ ਸ਼ੂਟਿੰਗ ਫੋਰ ਗੁਲਾਮ ਐਂਡ ਹੀ ਇਜ਼ ਇਨ ਮੁੰਬਈ, ਹੀ ਇਜ਼ ਬਿਜ਼ੀ ਵਿਦ ਅਨਦਰ ਵਰਕ। ਐਂਡ ਅੱਜ ਉਹਨਾਂ ਨੇ ਆਉਣਾ ਸੀਗਾ ਕਾਨਫਰੰਸ ਦੇ ਉੱਤੇ, ਹੀ ਕੁਡਨ ਕਮ ਬਿਕੋਜ਼ ਆਫ ਸਮ ਪਰਸਨਲ ਕਮਿਟਮੈਂਟਸ, ਹੀ ਕੁਡਨ ਕਮ। ਬਟ ਯਾ, ਬਟ ਵੀ ਬੋਥ ਵਰ ਵੈਰੀ ਹੈਪੀ, ਆਈ ਐਮ ਇਨ ਟੱਚ ਵਿਦ ਸਿੱਪੀਜ਼ ਵਾਈਫ ਐਕਚੁਲੀ, ਐਂਡ ਵੀ ਆਰ ਵੈਰੀ ਗੁੱਡ ਫਰੈਂਡਸ, ਐਂਡ ਇਟਸ ਲਾਈਕ ਅ ਫੈਮਿਲੀ ਰਿਲੇਸ਼ਨਸ। So I think that's why zyada maza aayega, because you know it's like a family thing. So I think we both are very happy ke sanu ek dooje nal screen share karan da dobara mauka mil raha hai, so we both are very happy. Te ihana ji, jaan to pehla saadi Punjabi Mania di audience nu is aan wali picture bare kuch keh jao. ਆਉਣ ਵਾਲੀ ਪਿਕਚਰ ਗੁੰਡਾ, ਇਹਦੀ ਸ਼ੂਟਿੰਗ ਜਲਦੀ ਸ਼ੁਰੂ ਹੋਣ ਵਾਲੀ ਹੈ ਜੀ, ਅਸੀਂ ਸਪਟੈਂਬਰ ਦੇ ਵਿੱਚ ਇਹਦੀ ਸ਼ੂਟਿੰਗ ਸ਼ੁਰੂ ਕਰ ਰਹੀ ਹਾਂ। ਮੈਂ ਸਿਰਫ ਇਹੀ ਬੋਲਾਂਗੀ ਕਿ ਡੋਂਟ ਗੋ ਵਿਦ ਦਾ ਟਾਈਟਲ, ਸੀ ਦਾ ਮੀਨਿੰਗ ਬਿਹਾਈਂਡ ਇਟ। ਗੁੰਡੇ ਦੇ ਪਿੱਛੇ ਇੱਕ ਬਹੁਤ ਹੀ ਅੱਛਾ ਮੀਨਿੰਗ ਹੈ, ਜਦੋਂ ਤੁਸੀਂ ਮੂਵੀ ਦੇਖੋਗੇ ਯੂ ਗੋਨਾ ਫਾਲ ਇਨ ਲਵ ਵਿਦ ਦਾ ਸਟੋਰੀ ਐਂਡ ਸਪੈਸ਼ਲੀ ਮਾਈ ਕੈਰੈਕਟਰ, ਕਿਉਂਕਿ ਪਹਿਲੀ ਵਾਰ ਹੈ ਕਿ ਮੈਂ ਇੱਕ ਥੋੜ੍ਹਾ ਜਿਹਾ ਮਚਿਓਰ ਕੈਰੈਕਟਰ ਕਰ ਰਹੀ ਹਾਂ। ਨੋਰਮਲੀ ਆਈ ਡੂ ਵੈਰੀ ਬਬਲੀ ਐਂਡ ਇਨੋਸੈਂਟ ਗਰਲ ਦਾ ਕੈਰੈਕਟਰ, ਦਿਸ ਇਜ਼ ਦਾ ਫਸਟ ਟਾਈਮ ਮੈਂ ਇੱਕ ਮਚਿਓਰ ਕੁੜੀ ਦਾ ਕੈਰੈਕਟਰ ਕਰ ਰਹੀ ਹਾਂ, ਉਹਦੀ ਬਹੁਤ ਸਾਰੀ ਵੇਰੀਏਸ਼ਨਸ ਹੈ, ਐਂਡ ਐਜ਼ ਐਨ ਐਕਟਰ ਆਈ ਥਿੰਕ ਪਰਫੋਰਮ ਕਰਨ ਲਈ ਕਾਫੀ ਕੁਛ ਹੈਗਾ, ਸੋ ਯੂ ਵੋਂਟ ਬੀ ਡਿਸਅਪੁਆਇੰਟਡ। ਪੱਕਾ ਅਸੀਂ ਇਹੀ ਉਮੀਦ ਕਰਦੇ ਕਿ ਤੁਸੀਂ ਫਿਰ ਤੋਂ ਇੱਕ ਵਾਰ ਬਹੁਤ ਜ਼ਿਆਦਾ ਪਸੰਦ ਕਰੇਗੀ ਤੁਹਾਨੂੰ ਆਡੀਅੰਸ। ਸੋ ਐਸੀ ਇਹਾਨਾ ਟਿਲੋਜੀ ਐਂਡ ਦਿਸ ਵਾਸ ਪ੍ਰਾਚੀ ਸੈਨੀ ਫਰੋਮ ਪੰਜਾਬੀ ਮੀਡੀਆ ਸਾਈਨਿੰਗ ਆਫ।